ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 24 ਵਿੱਚ ਤੁਹਾਨੂੰ ਜੀ ਆਇਆਂ ਨੂੰ ਆਈ نو ਯੂਜੂਲੀ ਤੁਸੀਂ ਅਸ਼ਿੰਦ ਰੰਟੀ ਕੋਲੋਂ ਰੀਡਿੰਗ ਸਿੱਖਦੇ ਹੋ ਤੇ ਅੱਜ ਅਸ਼ਿੰਦ ਰੰਟੀ ਠੀਕ ਨਹੀਂ ਸੋ ਆਈ ਐਮ ਹਿਅਰ ਟੂਡੇ ਠੀਕ ਹੈ ਸੋ ਐਸ ਟੇਬਲ ਆਫ ਕੰਟੈਂਟ ਦੇ ਵਿੱਚ ਅਸੀਂ 24ਵੇਂ ਲੈਸਨ ਤੇ ਆ ਤੇ ਤੁਹਾਡੇ ਕੋਲ ਚਾਰ ਲੈਸਨ ਹੋਰ ਰਹਿ ਗਏ ਐਸ ਬੁੱਕ ਦੇ ਵਿੱਚ ਠੀਕ ਹੈ ਸੋ ਚਲੋ ਆਪਾਂ ਅੱਜ ਦਾ ਪਾਠ ਪੜ੍ਹਦੇ ਹਾਂ ਅੱਜ ਇੱਕ ਇੱਕ ਸਾਖੀ ਹੈ ਇਹ ਮੈਂ ਸਾਖੀ ਲਿਖੀ ਸੀ ਮਸਕੀਨ ਜੀ ਦੀ ਕਥਾ ਸੁਣ ਕੇ ਮੈਨੂੰ ਚੰਗੀ ਲੱਗੀ ਇਹਦੇ ਵਿੱਚ ਮੈਨੂੰ ਇਹਦਾ ਮੈਸੇਜ ਵੀ ਚੰਗਾ ਲੱਗਾ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਤੇ ਮੈਂ ਫਿਰ ਇਹਨੂੰ ਕਿਤਾਬ ਵਿੱਚ ਲਿਖਿਆ ਇਸ ਪਾਠ ਗੁਰੂ ਨਾਨਕ ਦੇਵ ਜੀ ਦਾ ਬਗਦਾਦ ਦੇ ਬਹਿਲੋਲ ਸ਼ਾ ਨਾਲ ਮਿਲਾਬ ਸੰਤ ਸਿੰਘ ਮਸਕੀਨ ਜੀ ਦੀ ਕਥਾ ਤੇ ਆਧਾਰਿਤ ਐਂਡ ਇਟਸ ਇਟਸ ਔਨ ਯੂਟਿਊਬ Uh, i think it's called tin brashan and you can listen to it also is part which i oke shabad padhne ate inna de matlab sikho by now tohanu kafi shabad aande ne inna ch shayad tohanu lagega ke e ta tohanu already aande ne par ho sakda kai shabad nave vi honge ta the basic idea of reading is that you know what you're reading right so you have to know vocabulary um, that is New or difficult for you, and then you understand things. Manahi, prohibition. Wreath, practice or tradition. Khilaf, against. Takhat, throne. Saza, punishment. Dastgir, one who helps. Bang, loud announcement. Bang, usually, jadi Muslim announcement Peer, Religious leader, Muslim, Uljalul, nonsense, sangsar to kill by throwing stones at a person. So this is a this is a an activity. It's a thing that people do. Rabde bande man of God, ustat praise, pin pinahat buzzing sound bees usually, rohani tofa divine gift, okay. ਅਰਬ ਦੇਸ਼ਾਂ ਵਿੱਚ ਇੱਕ ਦੇਸ਼ ਇਰਾਕ ਹੈ ਇਰਾਕ ਵਿੱਚ ਇੱਕ ਵੱਡਾ ਸ਼ਹਿਰ ਬਗਦਾਦ ਹੈ ਬਗਦਾਦ ਵਿੱਚ ਇੱਕ ਵੱਡਾ ਪੀਰ ਦਸਤਗੀਰ ਬਹਿਲੋਲ ਸ਼ਾ ਰਹਿੰਦਾ ਸੀ ਪੀਰ ਦਾ ਮਤਲਬ ਹੈ ਧਾਰਮਿਕ ਪੁਰਸ਼ ਦਸਤਗੀਰ ਦਾ ਮਤਲਬ ਹੈ ਜੋ ਦੂਸਰਿਆਂ ਦੀ ਮਦਦ ਕਰਦਾ ਹੋਵੇ ਭਲਾ ਪੁਰਸ਼ ਚੰਗਾ ਬੰਦਾ ਉਹ ਅਮੀਰ ਵੀ ਸੀ ਤੇ ਉਹ ਧਰਮ ਦਾ ਪੀਰ ਵੀ ਸੀ ਉਹ ਜਿਵੇਂ ਬਗਦਾਦ ਦਾ ਰਾਜਾ ਸੀ ਉਸਿੰਦੇ ਰਾਗ ਵਿੱਚ ਗੀਤ ਗਾਉਣ ਦੀ ਮਨਾਹੀ ਕੀਤੀ ਹੋਈ ਸੀ ਕਿਉਂਕਿ ਇਹ ਰੀਤ ਇਸਲਾਮ ਦੇ ਖਿਲਾਫ ਹੈ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਇੱਕ ਉਦਾਸੀ ਅਰਬ ਦੇਸ਼ਾਂ ਦੀ ਸੀ ਇਰਾਕ ਦੇਸ਼ ਦੇ ਸ਼ਹਿਰ ਬਗਦਾਦ ਗਏ ਸ਼ਹਿਰ ਤੋਂ ਬਾਹਰ بیٹھ ਗਏ ਭਾਈ ਮਰਦਾਨੇ ਨੇ ਰਬਾਬ ਛੇੜੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ ਉਹਨਾਂ ਦੇ ਆਸ-ਪਾਸੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਗੁਰੂ ਜੀ ਨੂੰ ਕੌਂਦੇ ਸੁਣਿਆ ਉਹਨਾਂ ਨੂੰ ਗੁੱਸਾ ਚੜ ਗਿਆ ਪੀਰ ਦਸਤਗੀਰ ਕੋਲ ਸ਼ਿਕਾਇਤ ਕੀਤੀ ਕਿ ਇੱਕ ਹਿੰਦੀ ਫਕੀਰ ਸਤ ਕਰਤਾਰ ਦੀ ਬਾੰਗ ਦਿੰਦਾ ਹੈ ਤੇ ਰਾਗ ਵਿੱਚ ਗਾਉਂਦਾ ਹੈ ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਉਹ ਤਖਤ ਉੱਤੇ ਬੈਠਾ ਸੀ ਤੇ ਗੁਰੂ ਜੀ ਉਸ ਦੇ ਸਾਹਮਣੇ ਖੜੇ ਸਨ ਉਸ ਨੇ ਗੁਰੂ ਜੀ ਨੂੰ ਦੇਖਿਆ ਉਸ ਨੂੰ ਗੁਰੂ ਜੀ ਵਿੱਚ ਰੋਹਾਨੀ ਨੂਰ ਦਿਸਿਆ ਪਰ ਉਸਨੇ ਲੋਕਾਂ ਦੀ ਸ਼ਿਕਾਇਤ ਵੀ ਪੂਰੀ ਕਰਨੀ ਸੀ ਗੁਰੂ ਜੀ ਨੇ ਦੇਖ ਕੇ ਕਹਿੰਦਾ ਐ ਹਿੰਦ ਦੇ ਪੀਰ ਮੈਂ ਸੁਣਿਆ ਹੈ ਕਿ ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਊਲ ਜਲੂਲ ਬੋਲਦੇ ਹੋ ਸਤ ਕਰਤਾਰ ਦੀ ਬਾਗ ਦਿੰਦੇ ਹੋ ਰਾਗ ਵਿੱਚ ਗਾਉਂਦੇ ਹੋ ਰਾਗ ਵਿੱਚ ਗਾਉਣਾ ਇਸਲਾਮ ਦੇ ਖਿਲਾਫ ਹੈ ਅਤੇ ਇਸ ਦੀ ਸਜ਼ਾ ਸੰਗਸਾਰ ਹੈ ਸੰਗਸਾਰ to kill by throwing stones par to si rab de bande lagde ho mere mann vich kuch sawal han jeekar tusi onna de theek jawab de sakoge ta main apna sheesh toade pairan te rakh danga te jeekar toade jawab theek na hoye ta tohanu patthar maar maar ke maar dhyange gur nanak dev ji ne ke ha peer dastgeer ਅਸੀਂ ਤੇਰੀ سزا ਤੋਂ ਨਹੀਂ ਡਰਦੇ ਅਸੀਂ ਤਾਂ ਕਰੋ ਸਵਾਲਾਂ ਦੇ ਜਵਾਬ ਦੇਣ ਲਈ ਹੀ ਨਿਕਲੇ ਹਾਂ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ ਪੀਰ ਜੀ ਸੰਗੀਤ ਤਾਂ ਰੱਬ ਦੇ ਨਾਂ ਨੂੰ ਰੱਬ ਦੀ ਉਸਤਤ ਨੂੰ ਸਾਡੇ ਦਿਲਾਂ ਵਿੱਚ ਉਤਾਰ ਸਕਦਾ ਹੈ ਸਾਰੀ ਕੁਦਰਤ ਵਿੱਚ ਸੰਗੀਤ ਚੱਲ ਰਿਹਾ ਹੈ ਅਤੇ ਸਾਨੂੰ ਹਵਾ ਵਿੱਚੋਂ ਪਾਣੀ ਦੇ ਚਰਨੇ ਵਿੱਚੋਂ ਸ਼ੈਦ ਦੀ ਮੱਕੀ ਦੀ ਪਿੰਪਨਾ ਹਟ ਵਿੱਚੋਂ ਸੁਣਦਾ ਹੈ ਜਦ ਵੀ ਮਨ ਸ਼ਾਂਤ ਅਤੇ ਖੁਸ਼ ਹੁੰਦਾ ਹੈ ਸਾਡੇ ਗਲੇ ਵਿੱਚ ਸੰਗੀਤ ਨਿਕਲਦਾ ਹੈ ਸੰਗੀਤ ਤਾਂ ਕੁਦਰਤ ਦਾ ਰੋਹਾਨੀ ਤੋਹਫਾ ਹੈ ਗੁਰੂ ਜੀ ਦੇ ਬਚਨ ਪੀਰ ਨੂੰ ਚੰਗੇ ਲੱਗੇ ਜੋ ਲੋਕ ਉਹਨਾਂ ਨੂੰ ਪੱਥਰ ਮਾਰਨ ਆਏ ਸਨ ਉਹ ਵੀ ਚੁੱਪ ਕਰ ਗਏ ਅਤੇ ਗੁਰੂ ਜੀ ਦੇ ਕੋਲ ਹੀ ਬੈਠ ਗਏ ਇਸ ਸਾਖੀ ਦੇ ਟੋਟਲ ਸ਼ਬਦ ਨੇ 442 ਤੇ ਜੇ ਤੁਸੀਂ 60 70 ਸ਼ਬਦ 1 ਮਿੰਟ ਵਿੱਚ ਪੜਦੇ ਹੋ ਤੇ ਤੁਹਾਨੂੰ 5 6 7 ਮਿੰਟ ਲੱਗਣਗੇ ਇਹ ਸਾਖੀ ਪੜਨ ਤੇ ਠੀਕ ਹੈ ਐਸਾ ਕੀ ਤੁਸੀਂ ਦੁਬਾਰਾ ਪੜੋ ਇੱਕ ਵਾਰੀ ਨਹੀਂ ਦੋ ਵਾਰੀ ਪੜੋ ਤੇ ਫਿਰ ਇਹਦੇ ਵਿੱਚ ਸਾਰੇ ਵੋਕੈਬਲਰੀ ਸ਼ਬਦ ਸਰਕਲ ਕਰੋ ਸੌਂਵਰ ਕਾਰ ਦਾ ਕੰਮ ਇਹਨਾਂ ਸ਼ਬਦਾਂ ਦੇ ਵਿੱਚ ਖਾਲੀ ਥਾਵਾਂ ਭਰੋਗੇ ਤੁਸੀਂ ਫਿਰ ਤੁਸੀਂ ਇਹਨਾਂ ਫਿਕਰਿਆਂ ਦੇ ਫਿਕਰੀਆਰ ਫਰੇਜ਼ਸ ਇਹਨਾਂ ਦੇ ਮਤਲਬ ਲਿਖੋਗੇ ਇੱਥੇ ਠੀਕ ਹੈ ਵਟ ਇਜ਼ ਪੈਰੈਂਥੀਸਿਸ ਰਖਣਾ ਟੂ ਪੁਟ ਵਨਸ ਹੈਡ ਔਨ ਸਮਬਡੀਜ਼ ਫੀਟ ਪਲਾਪੁਰਸ਼ ਗੁੱਡ ਮੈਨ ਬਾਗ ਦੇਣਾ ਟੂ ਮੇਕ ਲਾਊਡ ਅਨਾਊਂਸਮੈਂਟ ਰੱਬ ਦਾ ਬੰਦਾ ਡਿਵਾਈਨ ਮੈਨ ਡਿਵਾਈਨ ਮੈਨ ਰਾਈਟ ਮਨ ਵਿੱਚ ਸਵਾਲ ਕੁਐਸਚਨ ਇਨ ਮਾਈ ਹਾਰਟ ਕੁਐਸਚਨ ਇਨ ਮਾਈ ਮਾਈਂਡ ਇਹ ਚਾਲਿਕੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਊਲ ਜਲੂਲ ਐਵੇਂ ਊਲ ਜਲੂਲ ਨਾ ਬੋਲਿਆ ਕਰੋ ਮਨਾਹੀ ਸਿੱਖਾਂ ਨੂੰ ਵਾਲ ਕੱਟਣ ਦੀ ਮਨਾਹੀ ਹੈ ਖਿਲਾਫ ਸ਼ਰਾਬ ਪੀਣੀ ਜਾਂ ਸਿਗਰਟ ਪੀਣੀ ਸਿੱਖੀ ਦੇ ਖਿਲਾਫ ਹੈ ਮੰਗਲਵਾਰ ਕਰਦਾ ਕੰਮ ਹੇਠਾਂ ਲਿਖੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਸੋ ਇਹ ਪ੍ਰਸ਼ਨ ਲਿਖੇ ਨੇ ਤੁਸੀਂ ਇਹਨਾਂ ਦੇ ਜਵਾਬ ਇੱਥੇ ਲਿਖੋਗੇ ਬੁੱਧਵਾਰ ਕਰਦਾ ਕੰਮ ਇਹ ਸੈਂਟੈਂਸਸ ਦੇ ਪਾਰਟਸ ਨੇ ਇਹਨਾਂ ਨੂੰ ਤੁਸੀਂ ਕਿਦੋਂ ਸਿਰ ਇਹਨਾਂ ਨੂੰ ਜੁਆਇਨ ਕਰੋਗੇ ਵੀਰਵਾਰ ਕਰਦਾ ਕੰਮ Timer shiru karo, elek bado, kinne mint lage. So you will become a better write, reader and you are learning so many skills um, in, in, in the language. Theke? So that's it for now. And I will, or Ashindaranti will see you in the next lesson. Until then, Bahigurji Ka Khalsa, Vahigurji Ki Fateh.